ਹਾਲਾਂਕਿ ਅਸੀਂ ਪੋਲੀਟੀਕਲ ਖੇਡ 'ਚ ਕਦੇ ਵੀ ਜਾਣਾ, ਪਰ ਉਹਨਾਂ ਨੂੰ ਫਿਰ ਵੀ ਡਰ ਹੈ ਸਾਡਾ ਕਿ ਇਹ ਸਾਡੀ ਸਪੇਸ ਜਿਹੜੀ ਆ ਇਹ ਖਾਣਗੇ ਜ਼ਰੂਰ। ਦੇਖੋ ਮਕਸਦ ਸਾਡਾ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਜਿਹਦਾ ਕੋਈ ਪੈਰਾਮੀਟਰ ਹੋਵੇ। ਨੌਜਵਾਨੀ ਨਸ਼ਾ ਛਡਾਉਣ ਦਾ ਕੋਈ ਪੈਰਾਮੀਟਰ ਨਹੀਂ ਹੁੰਦਾ, ਸਾਰੀ ਦਿਨ ਨੌਜਵਾਨੀ ਨਸ਼ੇ 'ਤੇ ਲੱਗੀ ਪਈ ਹੈ। ਸੋ ਇਹ ਕੋਈ ਛੋਟੀ ਜਿਹੀ ਗੱਲ ਦਿਹਾੜੀ ਖਾਣ ਦੀ ਤਾਂ ਖੇਡ ਨਹੀਂ ਹੈਗੀ ਵੀ ਆਪਾਂ ਇਹਨੂੰ ਅਚੀਵ ਕਰ ਲਈਏ। ਜੇ ਕੌਮ ਦੇ ਪੰਥ ਦੀ ਆਜ਼ਾਦ ਹਸਤੀ ਦੀ ਪਾਤਸ਼ਾਹੀ ਦਾਵੇ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਕੋਈ ਐਡੀ ਛੇਤੀ ਅਚੀਵ ਕਰਨ ਵਾਲੀ ਗੱਲ ਨਹੀਂ ਹੈਗੀ। ਫਿਰ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਹੈ, ਕੰਟੀਨਿਊਟੀ ਚੱਲਣੀ ਚਾਹੀਦੀ ਹੈ। ਰਹਿਤ ਜਿਹੜੀ ਆ ਉਹ ਲੰਮੇ ਸਮੇਂ ਦਾ ਵਿਸ਼ਾ ਹੈ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਮਾਰਗ 'ਤੇ ਜ਼ਰੂਰ ਹੈਗੇ ਹਾਂ, ਕਿੰਨੇ ਕਾਮਯਾਬ ਹੋਏ ਤਾਂ ਸਮੇਂ ਨੇ ਦੱਸਣਾ। ਅਸੀਂ ਤਾਂ ਕਹਾਂਗੇ ਅਸੀਂ ਬੜੇ ਕਾਮਯਾਬ ਹਾਂ, ਕੋਈ ਬੰਦਾ ਮੂੰਹ ਕਹਿੰਦਾ ਵੀ ਨਹੀਂ ਅਸੀਂ ਕਾਮਯਾਬ ਨਹੀਂ ਹੋਏ। ਹਾਂ ਇੰਨਾ ਜ਼ਰੂਰ ਹੈ ਵੀ ਸਾਡਾ ਸਾਡੀ ਜਿਹੜੀ ਕੁਛ ਧਿਰਾਂ ਵੱਲੋਂ ਸਥਾਪਿਤ ਧਿਰਾਂ ਵੱਲੋਂ ਵਿਰੋਧ ਤਾਂ ਵਧਣ ਦਾ ਅਰਥ ਹੈ ਵੀ ਅਸੀਂ ਕਾਮਯਾਬੀ ਵੱਲ ਵੱਧ ਰਹੇ ਹਾਂ, ਕਿਉਂਕਿ ਬੰਦਿਆਂ ਦਾ ਵਿਰੋਧ ਉਹਨਾਂ ਦਾ ਬਹੁਤ ਵੱਡੇ ਪੱਧਰ 'ਤੇ ਕਰਦੇ ਨਹੀਂ ਸਥਾਪਿਤ ਧਿਰਾਂ ਜਿਹੜੀਆਂ, ਜਿਨ੍ਹਾਂ ਨੂੰ ਉਹ ਡਰ ਹੋਵੇ ਆਪਣੀ ਐਗਜ਼ਿਸਟੈਂਸ ਦਾ। ਸੋ ਉਹਨਾਂ ਨੂੰ ਇਹ ਡਰ ਪੈ ਗਿਆ ਵੀ ਹਾਲਾਂਕਿ ਅਸੀਂ ਪੋਲੀਟੀਕਲ ਖੇਡ 'ਚ ਕਦੇ ਵੀ ਜਾਣਾ, ਪਰ ਉਹਨਾਂ ਨੂੰ ਫਿਰ ਵੀ ਡਰ ਹੈ ਸਾਡਾ ਵੀ ਇਹ ਸਾਡੀ ਸਪੇਸ ਜਿਹੜੀ ਆ ਇਹ ਖਾਣਗੇ ਜ਼ਰੂਰ। ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਪੋਲੀਟੀਕਲ ਸਿਸਟਮ 'ਚ ਲੈ ਆ ਕੇ ਹੀ ਸੁਧਾਰ ਕਰ ਸਕਦੇ ਹੋ, ਤੁਸੀਂ ਜੋ ਤੁਹਾਡੀਆਂ ਮੰਗਾਂ ਨੇ ਜੋ ਤੁਹਾਡੇ ਮਕਸਦ ਨੇ, ਤੁਹਾਨੂੰ ਇੱਕ ਸਿਸਟਮ 'ਚੋਂ ਹੋਣਾ ਚਾਹੀਦਾ, ਸਿਸਟਮ ਤੋਂ ਬਾਹਰ ਰਹਿ ਕੇ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ, ਇੱਕ ਪਾਵਰਲੈਸ ਬੰਦਾ ਕੀ ਕਰ ਸਕਦਾ? ਦੇਖੋ ਪਾਵਰ ਸਿਸਟਮ ਦੇ ਵਿੱਚ ਰਹਿ ਕੇ ਵੀ ਹੁੰਦੀ, ਬਾਹਰ ਰਹਿ ਕੇ ਵੀ ਹੁੰਦੀ ਹੈ। ਪਾਵਰ ਜਿਹੜੀ ਹੈ ਨਾ, ਪਾਵਰ ਦੀ ਡੈਫੀਨੇਸ਼ਨ ਸਗੋਂ ਸਿਸਟਮ ਦੇ ਅੰਦਰ ਕਿਸੇ ਵੇਲੇ ਘੱਟ ਹੋ ਜਾਂਦੀ, ਪਾਵਰ ਬਾਹਰ ਵੱਧ ਜਾਂਦੀ, ਕਿਉਂਕਿ ਜਦੋਂ ਸਿਸਟਮ ਇੰਨਾ ਕਰਪਟ ਹੋ ਜਾਏ ਉਹਦੇ ਅੰਦਰ ਬੈਠਾ ਬੰਦਾ ਲਿਮਿਟੇਸ਼ਨਸ ਹੁੰਦਾ। ਆਮ ਤੌਰ 'ਤੇ ਜਦੋਂ ਬਹੁਤ ਹਾਲਾਤ ਸੁਧਾਰ ਨਹੀਂ ਹੋਣ ਤਾਂ ਬੰਦਾ ਸਿਸਟਮ ਤੋਂ ਬਾਹਰ, ਸਿਸਟਮ ਦੇ ਲੋਕ ਵੀ ਸਿਸਟਮ ਤੋਂ ਬਾਹਰ ਜਾ ਕੇ ਕੰਮ ਕਰਦੇ ਆ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਪਾਵਰ ਹੈ, ਪਾਵਰ ਜਿਹੜੀ ਹੈ ਤੁਹਾਨੂੰ ਜੇ ਸੋਸ਼ਲ ਸਟਰਕਚਰ ਨੂੰ ਬਦਲਣ ਦੀ ਗੱਲ ਹੈ, ਅਤੇ ਜਿਹੜਾ ਸੋਸ਼ਲ ਸਟਰਕਚਰ ਸਿਸਟਮ ਵੀ ਨਾਲ ਕਰਪਟ ਹੋਇਆ ਹੋਵੇ ਤਾਂ ਸੋਸ਼ਲ ਸਟਰਕਚਰ ਵੀ, ਉਦੋਂ ਤੁਹਾਨੂੰ ਉਹਦੇ ਬਾਹਰ ਰਹਿ ਕੇ ਕੰਮ ਕਰਨ 'ਚ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਜਿਹੜਾ ਸਿਸਟਮ ਹੈ ਉਹਦੇ ਵਿੱਚ ਰਹਿ ਕੇ ਤੁਸੀਂ ਬਾਈਨਰੀ 'ਚ ਵੱਧ ਜਾਂਦੇ ਜੋ, ਬਾਹਰ ਰਹਿ ਕੇ ਤੁਸੀਂ ਉਹਦੇ ਲੋਸ ਅਤੇ ਉਹਦੇ ਪ੍ਰੋਫਿਟਸ ਤੋਂ ਬਚੇ ਰਹਿੰਦੇ ਜੋ। ਹੁਣ ਸਿਸਟਮ 'ਚ ਰਹਿ ਕੇ ਤੁਸੀਂ ਹੰਕਾਰੀ ਵੀ ਹੋ ਜਾਓਗੇ ਵੀ ਤੁਹਾਡੇ ਕੋਲ ਅਹੁਦਾ ਆ ਗਿਆ, ਕੁਰਸੀ ਦਾ ਲਾਲਚ ਵੀ ਆ ਜੇ ਤੁਹਾਨੂੰ, ਬਾਹਰ ਰਹਿ ਕੇ ਚੀਜ਼ਾਂ ਤੋਂ ਬਚਿਆ ਰਹਿੰਦਾ ਬੰਦਾ। ਬਾਹਰ ਰਹਿ ਕੇ ਹੰਕਾਰ ਨਹੀਂ ਹੁੰਦਾ? ਨਹੀਂ, ਹੰਕਾਰ ਕਾਹਦਾ ਕਰਨਾ ਜੀ, ਸਤਿਗੁਰ ਸੱਚੇ ਪਾਤਸ਼ਾਹ ਨੇ ਮਤਲਬ ਜੋ ਸੇਵਾ ਬਖਸ਼ੀ ਹੈ, ਅਸੀਂ ਕਿਹੜਾ ਵੀ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣਾ ਵੀ ਸਾਨੂੰ ਕੋਈ ਹੰਕਾਰ ਹੋ ਜਾਊਗੀ ਵੀ ਹੁਣ ਸਾਡੇ ਥੱਲੇ ਇੰਨੀਆਂ ਪੁਲਿਸ ਵਾਲੇ ਨੇ, ਸੰਗਤ ਦੀ ਸੇਵਾ, ਸੰਗਤ ਸੇਵਾ ਕਰਦੀ ਹੈ, ਅਸੀਂ ਸੰਗਤ ਦੀ ਸੇਵਾ ਕਰਦੇ ਹਾਂ, ਇਹ ਤਾਂ ਹੰਕਾਰ ਜਿਹੜਾ ਬੰਦਾ ਕਰੂਗਾ ਉਹ ਤਾਂ ਮਰਿਆ ਜਾਊ ਕਿਸੇ ਦਿਨ।